ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਪਿਛਲੇ ਦੋ ਦਿਨ ਦੇ ਵਿੱਚ ਇੱਕ ਵੱਡੀ ਡਿਵੈਲਪਮੈਂਟ ਫਿਰ ਹੋਈ। ਆਮ ਆਦਮੀ ਪਾਰਟੀ ਜਿਹੜੀ ਕਾਫੀ ਪਿੱਛੇ ਜਾ ਰਹੀ ਸੀ, ਇਸ ਕਾਰਨ ਕਿ ਜਦੋਂ ਉਹਨਾਂ ਨੇ ਵਿਰੋਧੀ ਧਿਰ ਦਾ ਨੇਤਾ ਬਦਲਿਆ, ਹਰਪਾਲ ਚੀਮਾ ਨੂੰ ਬਣਾਇਆ ਔਰ ਸੁਖਪਾਲ ਸਿੰਘ ਖਹਿਰਾ ਨੂੰ ਲਾਇਆ ਸੀ, ਅਤੇ ਉਸ ਵੇਲੇ ਜਿਨ੍ਹਾਂ ਨੂੰ ਬਾਗੀ ਧੜਾ ਕਹਿੰਦੇ ਆ ਕਿ 8 MLA ਸਮੇਤ ਖਹਿਰਾ ਅਤੇ ਕੰਵਰ ਸੰਧੂ, ਉਹ ਆਪਣੀ ਅਲੱਗ ਪਾਰਟੀ ਬਣਾਉਣ ਲਈ ਪੰਜਾਬ 'ਚ ਲਗਾਤਾਰ ਸਰਗਰਮੀਆਂ ਕਰ ਰਹੇ ਨੇ। ਲੇਕਿਨ ਜਿਹੜਾ ਕੁਛ ਹੋਇਆ ਕੱਲ੍ਹ, ਉਹ ਇਸ ਕਰਕੇ ਦਿਲਚਸਪੀ ਦਾ ਕਾਰਨ ਬਣਦਾ ਹੈ ਕਿ ਉਹ ਬੰਦਾ ਜਿਹੜਾ ਸੁਖਪਾਲ ਸਿੰਘ ਖਹਿਰਾ ਨਾਲ ਸ਼ੁਰੂ ਤੋਂ ਸੀ, ਜਿਸ ਨੇ ਸਭ ਤੋਂ ਪਹਿਲਾਂ ਗੜਸ਼ੰਕਰ ਦੇ ਵਿੱਚ ਖਹਿਰੇ ਵੱਲੋਂ ਇਕੱਠ ਕੀਤਾ ਸੀ ਜੈ ਕਿਸ਼ਨ ਰੋਡੀ, ਜਿਹੜਾ ਉੱਥੋਂ ਦਾ ਵਿਧਾਇਕ ਹੈ, ਤਾਂ ਉਸ ਨੇ ਕੱਲ੍ਹ ਫਿਰ ਜਾ ਕੇ ਅਰਵਿੰਦ ਕੇਜਰੀਵਾਲ ਦੀ ਬਾਂਹ ਫੜ ਲਈ, ਜਾਂ ਝੋਲੀ 'ਚ ਚਲਾ ਗਿਆ, ਜਾਂ ਘਰ ਵਾਪਸੀ ਹੋ ਗਈ, ਜੋ ਮਰਜ਼ੀ ਉਹਦਾ ਨਾਂ ਦੇ ਲਓ। ਸਿਆਸੀ ਤੌਰ 'ਤੇ ਮੀਡੀਆ ਕਰਮੀ ਜਿਵੇਂ ਕਰਦੇ ਹੁੰਦੇ ਨੇ, ਉਹ ਉੱਥੇ ਚਲਾ ਗਿਆ। ਲੇਕਿਨ ਨਾਲ ਇੱਕ ਗੱਲ ਹੋਰ ਵੀ ਹੋਈ, ਜੇ ਇਹ ਥੋੜ੍ਹਾ ਜਿਹਾ ਸਾਹ ਜਿਹੜਾ ਆਇਆ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਨੂੰ, ਅਰਵਿੰਦ ਕੇਜਰੀਵਾਲ ਨੂੰ, ਨਾਲ ਇੱਕ ਗੱਲ ਹੋਰ ਹੋਈ, ਉਹ ਵੱਡੀ ਹੈ, ਉਹ ਇਹ ਹੋਈ ਕਿ ਜਸਟਿਸ ਜੋਰਾ ਸਿੰਘ, ਇਹ ਉਹੀ ਜਸਟਿਸ ਜੋਰਾ ਸਿੰਘ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਕਮਿਸ਼ਨ ਦੇ ਤੌਰ 'ਤੇ ਨਿਯੁਕਤ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੇਲੇ ਬੇਅਦਬੀ ਦੀਆਂ ਘਟਨਾਵਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਲਈ। ਹਾਲਾਂਕਿ ਇਹ ਵੀ ਸਭ ਨੂੰ ਪਤਾ ਕਿ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਨੂੰ ਕਿਸੇ ਨੇ ਤਵੱਜੋ ਨਹੀਂ ਦਿੱਤੀ, ਜਿਨ੍ਹਾਂ ਨੇ ਬਣਾਇਆ ਉਹਨਾਂ ਤਾਂ ਬਿਲਕੁਲ ਹੀ ਤਵੱਜੋ ਨਹੀਂ ਦਿੱਤੀ, ਅਤੇ ਉਹਨਾਂ ਨੇ ਤਾਂ ਤਵੱਜੋ ਇਸ ਲੈਵਲ ਤੱਕ ਦਿੱਤੀ ਕਿ ਜਸਟਿਸ ਜੋਰਾ ਸਿੰਘ ਰਿਪੋਰਟ ਲੈ ਕੇ ਗਿਆ, ਕੋਈ ਰਿਪੋਰਟ ਹੀ ਨਹੀਂ ਫੜਨ ਆਇਆ। ਅਤੇ ਜਦੋਂ ਮੀਡੀਆ 'ਚ ਰੌਲਾ ਪਿਆ, ਫਿਰ ਕੋਈ ਮੰਤਰੀ ਕੋਈ ਸੰਤਰੀ ਨਹੀਂ ਆਇਆ, ਇੱਕ ਕਲਰਕ ਜਾਂ ਅਸਿਸਟੈਂਟ ਜਿਹੜਾ ਉਸਨੇ ਰਿਪੋਰਟ ਪੜ੍ਹੀ ਅਤੇ ਕਿਸੇ ਟੇਬਲ 'ਤੇ ਕਿਸੇ ਨੁਕਰੇ ਰੱਖ ਦਿੱਤੀ, ਕੋਈ ਉੱਥੇ ਕਿਸੇ ਕਿਸਮ ਦੀ ਕਾਰਵਾਈ ਨਹੀਂ ਹੋਈ। ਸ਼ਾਇਦ ਇਸੇ ਕਾਰਨ ਹੀ ਜਸਰਜੀਤ ਸਿੰਘ ਦੀ ਰਿਪੋਰਟ ਜਿਹੜੀ ਉਹ ਜਿਹੜੀ ਕਮਿਸ਼ਨ ਫਿਰ ਬਣਾਉਣਾ ਪਿਆ। ਉਹਦੇ ਮਨ ਦੇ ਵਿੱਚ ਜੋਰਾ ਸਿੰਘ ਦੇ ਵਿੱਚ ਕੀ ਸੀ, ਕੋਈ ਬੇਇੱਜ਼ਤੀ ਦੀ ਭਾਵਨਾ ਸੀ ਕੀ ਸੀ, ਇਹ ਤਾਂ ਉਹੀ ਦੱਸ ਸਕਦੇ ਨੇ। ਪਰ ਹੋਇਆ ਇਹ ਕਿ ਉਹ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਦਿੱਲੀ ਜਾ ਕੇ ਜਦੋਂ ਕੱਲ੍ਹ ਮੀਡੀਆ ਦੇ ਵਿੱਚ ਦੇਖਿਆ ਗਿਆ, ਅਰਵਿੰਦ ਕੇਜਰੀਵਾਲ ਬੜਾ ਖੁਸ਼ ਨਜ਼ਰ ਆ ਰਿਹਾ ਸੀ ਅਤੇ ਕਹਿ ਰਿਹਾ ਸੀ ਅੱਜ ਮੈਂ ਬਹੁਤ ਖੁਸ਼ ਹਾਂ ਅਤੇ ਪ੍ਰਸ਼ੰਸਾ ਕਰਦਾ ਜੋਰਾ ਸਿੰਘ ਦੀ, ਸਵਾਗਤ ਕਰਦਾ ਉਹਨਾਂ ਦਾ। ਇਹ ਜਿਹੜਾ ਕੁਛ ਸਵਾਗਤ ਹੋਇਆ, ਜੋ ਕੁਛ ਹੋਇਆ, ਕੀ ਇਹਦੇ ਨਾਲ ਆਮ ਆਦਮੀ ਦੀ ਸਿਆਸਤ ਨੂੰ ਕੋਈ ਹੁਲਾਰਾ ਮਿਲੇਗਾ? ਅਤੇ ਜਾਂ ਦੂਜੇ ਪਾਸੇ ਜਦੋਂ ਕਿ ਯੂ ਟਰਨ ਲਈ ਦਿੱਲੀ ਅਸੈਂਬਲੀ ਦੇ ਵਿੱਚ ਸਿੱਖ ਮਸਲੇ 'ਤੇ, ਭਾਰਤ ਰਤਨ ਦੇ ਮਸਲੇ 'ਤੇ, ਜਾਂ ਉਸ ਤੋਂ ਪਹਿਲਾਂ ਮਾਫ਼ੀ ਤੋਂ ਬਾਅਦ ਲਗਾਤਾਰ ਪਰਾਲੀ ਦੇ ਮਸਲੇ 'ਤੇ ਅਰਵਿੰਦ ਕੇਜਰੀਵਾਲ ਪੰਜਾਬੀਆਂ ਦੀ ਆਲੋਚਨਾ ਦਾ ਸ਼ਿਕਾਰ ਹੁੰਦਾ ਰਿਹਾ? ਇਹ ਸਾਰੀਆਂ ਗੱਲਾਂ 'ਤੇ ਚਰਚਾ ਕਰਨੀ ਬਣਦੀ ਹੈ, ਅਤੇ ਚਰਚਾ ਕਰਨ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਅਸੀਂ ਦੋ ਅਜਿਹੇ ਵਿਦਵਾਨ ਬੁਲਾਏ ਨੇ, ਅਜਿਹੇ ਕਾਰਕੁਨ ਬੁਲਾਏ ਨੇ ਸਿਆਸੀ ਪਾਰਟੀਆਂ ਦੇ, ਜਿਹੜੇ ਆਪਦੇ ਆਪਦੇ ਪਾਰਟੀ ਦੀ ਪ੍ਰਤੀਨਿਧਤਾ ਕਰਨਗੇ। ਉਹਨਾਂ 'ਚੋਂ ਸੰਦੀਪ ਬੰਧੂ ਜੀ ਨੇ, ਜਿਹੜੇ ਖਹਿਰਾ ਟੀਮ ਦੇ ਬੁਲਾਰੇ ਦੇ ਤੌਰ 'ਤੇ ਅੱਜ ਸਾਡੇ ਨਾਲ ਸ਼ਾਮਿਲ ਹੋਏ ਨੇ। ਡਾਕਟਰ ਭੀਮਿੰਦਰ ਨੇ, ਇਹ ਪੰਜਾਬ ਦੇ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ। ਨਾਲ ਸਾਡੇ ਅੱਜ ਸਿਆਸੀ ਟਿੱਪਣੀਕਾਰ ਡਾਕਟਰ ਸੁਖਦਰਸ਼ਨ ਸਿੰਘ ਚਹਿਲ ਸ਼ਾਮਿਲ ਨੇ। ਤੁਹਾਡਾ ਸਭ ਦਾ ਸਵਾਗਤ ਹੈ ਜੀ ਇਸ ਪ੍ਰੋਗਰਾਮ ਵਿੱਚ। ਧੰਨਵਾਦ ਬੰਧੂ ਸਾਹਿਬ, ਤੁਹਾਡੇ ਤੋਂ ਗੱਲ ਸ਼ੁਰੂ ਕਰਨੀ ਹੈ। ਕਿੱਡਾ ਕੁ ਵੱਡਾ ਤੁਹਾਨੂੰ ਝਟਕਾ ਲੱਗਿਆ ਜਦੋਂ ਤੁਸੀਂ ਸੁਣਿਆ ਕਿ ਤੁਹਾਡਾ ਇੱਕ MLA ਛੱਡ ਕੇ ਉੱਧਰ ਚਲਾ ਗਿਆ? ਇਕੱਲਾ ਨਹੀਂ ਗਿਆ, ਇੱਕ ਨਾਲ ਇੱਕ ਫਰੀ ਜੋਰਾ ਸਿੰਘ ਨੂੰ ਵੀ ਨਾਲ ਲੈ ਗਿਆ। ਪਹਿਲਾਂ ਤਾਂ ਸਾਰੇ ਚੜ੍ਹਦੀ ਕਲਾ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਵਾਲੀਆ ਸਾਹਿਬ, ਗੱਲ ਹੈ ਕੋਈ ਝਟਕਾ ਨਹੀਂ ਹੈ ਜੀ। ਇੱਕ ਤੁਸੀਂ ਜਦ ਸਟਾਰਟ ਕੀਤਾ ਉਦੋਂ ਇੱਕ ਗੱਲ ਤੁਸੀਂ ਕਹੀ ਹੈ ਵੀ ਜੈ ਕਿਸ਼ਨ ਅਰੋੜੀ ਸਟਾਰਟ ਤੋਂ ਸਾਡੇ ਨਾਲ ਸੀ। ਨਹੀਂ ਜੀ, ਸਿਰਫ 7 MLA ਵੱਖਰੇ ਹੋਏ ਸੀ ਜਿਹੜੇ ਬਠਿੰਡਾ ਕਨਵੈਨਸ਼ਨ 'ਚ 2 ਤਰੀਕ ਨੂੰ ਸ਼ਾਮਿਲ ਹੋਏ ਸੀ। ਇਹਨੇ ਉੱਥੇ ਨਹੀਂ ਕੀਤੀ ਸੀ ਗੜਸ਼ੰਕਰ 'ਚ? ਨਹੀਂ ਜੀ। ਅੱਛਾ, 6 ਤਾਰੀਕ ਨੂੰ ਜੈ ਕਿਸ਼ਨ ਅਰੋੜੀ ਜੀ ਸਵੇਰੇ, ਖਬਰਾਂ ਕੁਝ ਨਿਕਲ ਕੇ ਆਉਂਦੀਆਂ ਕਿ ਉਹ ਸੁਖਪਾਲ ਖਹਿਰਾ ਟੀਮ ਨਾਲ ਜਾ ਰਹੇ ਨੇ। ਜੈ ਕਿਸ਼ਨ ਅਰੋੜੀ ਜੀ ਆਪਣੇ ਪੇਜ ਦੇ ਉੱਤੋਂ 6 ਅਗਸਤ ਸਵੇਰੇ 10:31 'ਤੇ ਇੱਕ ਪੋਸਟ ਪਾਉਂਦੇ ਨੇ ਵੀ ਮੈਂ ਆਪਣੇ ਗੜਸ਼ੰਕਰ ਹਲਕਿਆਂ ਦੇ ਲੋਕਾਂ ਦੀ ਆਵਾਜ਼ ਸੁਣਦੇ ਹੋਏ, ਆਪਣੇ ਜ਼ਮੀਰ ਦੀ ਆਵਾਜ਼ ਸੁਣਦੇ ਹੋਏ, ਪੰਜਾਬੀ ਔਰ ਪੰਜਾਬੀਅਤ ਦੇ ਭਲੇ ਲਈ ਮੈਂ ਟੀਮ ਸੁਖਪਾਲ ਖਹਿਰਾ ਨਾਲ ਔਰ ਸਾਰੇ ਆਪਣੇ MLA ਸਾਹਿਬਾਨ ਭਰਾਵਾਂ ਨਾਲ ਖੜ੍ਹਾ ਹੁੰਦਾ ਅਤੇ ਮੈਂ ਅੱਜ ਤੋਂ ਬਾਅਦ ਇਹਨਾਂ ਨਾਲ ਆਪਣੇ ਪੰਜਾਬ ਲਈ ਕੰਮ ਕਰੂੰਗਾ। ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਇਸ ਪੋਸਟ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ। ਇਹ ਉਹਨਾਂ ਦੇ ਪੇਜ ਦੇ ਉੱਤੇ ਅੱਜ ਵੀ ਪੋਸਟ ਪਈ ਹੋਈ ਹੈ ਜੀ। ਤਾਂ ਉਹ ਆਪਣੇ ਆਪ ਚੱਲ ਕੇ ਆਏ ਸੀ, ਨਾ ਕਿ ਬੁਲਾਇਆ ਗਿਆ ਸੀ ਜੀ, ਸਾਡੇ ਵੱਲੋਂ ਬੁਲਾਇਆ ਗਿਆ ਸੀ ਨਾ। ਮਤਲਬ ਤੁਸੀਂ ਸਮਝਦੇ ਹੋ ਕਿ ਤੁਸੀਂ ਜਿਹੜੇ ਤੁਹਾਡੇ ਨਾਲ 7-8 MLA ਨੇ
ਉਹ ਚਲੇ ਵੀ ਜਾਣ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ? ਨਹੀਂ ਕੋਈ ਫਰਕ ਨਹੀਂ ਪੈਂਦਾ ਜੀ, ਚਾਹੇ ਕੋਈ ਚਲਾ ਜਾਵੇ ਕੋਈ ਫਰਕ ਨਹੀਂ ਪੈਂਦਾ ਜੀ। ਅੱਛਾ, ਜਿਹੜਾ ਬੰਦਾ ਪੰਜਾਬ ਲਈ ਖੜਾ ਨਾ ਜੀ, ਆਪਣੇ ਪੰਜਾਬ ਲਈ ਸੋਚ ਰਿਹਾ, ਆਪਣੇ ਪੰਜਾਬੀਆਂ ਲਈ ਸੋਚ ਰਿਹਾ, ਆਪਣੇ ਪੰਜਾਬੀਅਤ ਲਈ ਸੋਚ ਰਿਹਾ, ਉਹਨੇ ਆਪਣੇ ਪੰਜਾਬ ਲਈ ਕੰਮ ਕਰਨਾ। ਜੋਰਾ ਸਿੰਘ ਦੇ ਜਾਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ। ਜੋਰਾ ਸਿੰਘ ਉੱਥੇ ਗਿਆ, ਦੇਖੋ ਜਸਟਿਸ ਜੋਰਾ ਸਿੰਘ ਜੀ ਬੜੇ ਰਿਸਪੈਕਟਡ ਨੇ, ਜੁਡੀਸ਼ਰੀ 'ਚ ਕੰਮ ਕਰਕੇ ਆਏ ਨੇ, ਤੇ ਬਾਕੀ ਤਾਂ ਸਭ ਕੁਝ ਤੁਸੀਂ ਆਪ ਹੀ ਕਲੀਅਰ ਕਰਤਾ। ਜੋ ਮੈਨੇ ਕਹਿਣਾ ਸੀ ਕਿ ਉਹਨਾਂ ਦੀ ਰਿਪੋਰਟ ਜਿਹੜੀ ਬਣਾਈ ਸੀ ਉਹ ਇੱਕ ਬਾਦਲਾਂ ਦਾ ਜਾਂ ਬਾਦਲ ਸਰਕਾਰ ਦਾ ਹੱਥ ਟੋਕੂ ਬੰਦਾ ਸੀ ਜੀ। ਅੱਜ ਉਹ ਇੱਕ ਪੋਲੀਟੀਕਲ ਪਾਰਟੀ 'ਚ ਨੇ, ਸਾਨੂੰ ਉਹਨਾਂ 'ਤੇ ਕਮੈਂਟ ਕਰਨ ਦਾ ਪੂਰਾ ਅਧਿਕਾਰ ਹੈ। ਜੇ ਬਾਦਲਾਂ ਦੇ ਹੱਥ ਠੋਕ ਹੁੰਦੇ ਤਾਂ ਉਹ ਬਾਦਲਾਂ ਦੇ ਕੋਲ ਜਾਂਦੇ, ਸ਼੍ਰੋਮਣੀ ਅਕਾਲੀ ਦਲ 'ਚ ਜਾਂਦੇ। ਇੱਕ ਫੋਨ ਕਾਲ ਲੈ ਲਈਏ ਬਿੰਦੂ ਸਾਹਿਬ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਡਾਕਟਰ ਦਲਸ਼ੀਨ ਸਿੰਘ ਬੇਨਤੀ ਕਰਦਾ ਜੀ। ਹਾਂਜੀ ਡਾਕਟਰ ਸਾਹਿਬ, ਜਿਹੜੇ ਇਹ ਆਪਣੇ ਰੂਈ ਸਾਹਿਬ ਤੇ ਦੂਜੇ ਡਾਕਟਰ ਸਾਹਿਬ ਗਏ ਹੋਏ ਆ, ਹਾਂਜੀ, ਇਹਨਾਂ ਦਾ ਦੇਖੋ ਗੱਲ ਇਹ ਹੈ, ਜਿਹੜਾ ਜੋ ਕੁਛ ਕੇਜਰੀਵਾਲ ਨੇ ਕੀਤਾ ਹੈ, ਤੁਹਾਡੀ ਗੱਲ ਆ ਗਈ ਸਾਡੇ ਕੋਲ ਡਾਕਟਰ ਭੀਮਿੰਦਰ। ਦੋਨੇ ਗੱਲਾਂ ਹੁਣ ਤੁਹਾਡੇ ਕੋਲ ਨੇ, ਕਾਲਰ ਦਾ ਜਵਾਬ ਕਿਉਂਕਿ ਤੁਹਾਡੀ ਪਾਰਟੀ ਤੇ ਤੁਹਾਡੇ ਲੀਡਰ ਕੋਲ ਵੱਡਾ ਸਵਾਲ ਖੜਾ ਕੀਤਾ ਉਹਨਾਂ ਨੇ ਕਿ ਉਹਨਾਂ ਨੇ ਪੰਜਾਬੀਆਂ ਨਾਲ ਧੋਖਾ ਕੀਤਾ। ਦੂਜਾ ਜੋ ਇਹ ਤੁਹਾਡੀ ਪਾਰਟੀ 'ਚ ਆਏ ਨੇ, ਇਹ ਕਹਿੰਦੇ ਸਾਨੂੰ ਕੋਈ ਫਰਕ ਨਹੀਂ, ਤੁਹਾਨੂੰ ਕਿੰਨਾ ਕੁ ਫਰਕ ਲੱਗਦਾ? ਵਾਲੀਆ ਸਾਹਿਬ, ਮੈਂ ਇੱਕ ਦੋ ਸਿਧਾਂਤਕ ਗੱਲਾਂ ਪਹਿਲਾਂ ਕਰਨੀਆਂ ਚਾਹੁੰਦਾ ਜੀ ਕਿ ਜਦੋਂ ਕੋਈ ਵੀ ਪਾਰਟੀ ਡਿਵੈਲਪ ਕਰਦੀ ਹੈ, ਅੱਗੇ ਵੱਧਦੀ ਹੈ, ਤਾਂ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਹੁੰਦੀਆਂ ਰਹਿੰਦੀਆਂ ਨੇ। ਦੋ ਛੱਡ ਗਏ, ਚਾਰ ਆ ਗਏ, ਫਿਰ ਪੰਜ ਛੱਡ ਗਏ, ਫਿਰ 10 ਆ ਗਏ, ਇਹ ਸਿਲਸਿਲੇ ਚੱਲਦੇ ਨੇ। ਇਸੇ ਤਰ੍ਹਾਂ ਪਾਰਟੀਆਂ ਡਿਵੈਲਪ ਹੁੰਦੀਆਂ ਨੇ। ਕੋਈ ਵੀ ਪਾਰਟੀ ਹੈ ਦੁਨੀਆਂ ਦੇ ਇਤਿਹਾਸ 'ਚ, ਜਿੰਨੀਆਂ ਵੀ ਪਾਰਟੀਆਂ ਸਾਨੂੰ ਦਿਖਦੀਆਂ ਨੇ, ਜੋ ਵੱਡੀਆਂ ਪਾਰਟੀਆਂ ਛੋਟੀਆਂ, ਉਹਦੇ ਵਿੱਚ ਇਸ ਤਰ੍ਹਾਂ ਬੰਦੇ ਆਉਂਦੇ ਰਹਿੰਦੇ ਨੇ, ਛੱਡਦੇ ਰਹਿੰਦੇ ਨੇ। ਪਰ ਜਿੱਥੋਂ ਤੱਕ ਆਪਣੇ ਅੱਜ ਦੇ ਸਵਾਲ ਦੀ ਗੱਲ ਹੈ, ਮੈਂ ਤੁਹਾਨੂੰ ਪਹਿਲਾਂ ਵੀ ਆਪਣੀ ਗੱਲਬਾਤ ਹੁੰਦੀ ਰਹਿੰਦੀ ਹੈ ਇਸ ਮੁੱਦੇ ਦੇ ਉੱਤੇ ਜੀ। ਜਸਟਿਸ ਜ਼ੋਰਾ ਸਿੰਘ ਦਾ ਆਉਣਾ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਜੀ। ਔਰ ਉਹਨਾਂ ਨੇ ਬਕਾਇਦਾ ਤੌਰ ਤੇ ਇਹ ਕਿਹਾ ਕਿ ਮੈਂ ਕੇਜਰੀਵਾਲ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ, ਦਿੱਲੀ ਦਾ ਜਿਹੜਾ ਦਿੱਲੀ ਦਾ ਮਾਡਲ ਹੈ, ਵਾਲੀ ਸਾਹਿਬ ਪੰਜਾਬ 'ਚ ਸਾਡੀ ਸਰਕਾਰ ਹੀ ਨਹੀਂ ਹੈ, ਪੰਜਾਬ 'ਚ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਕੋਈ ਕੰਮ ਕਰਦੇ। ਪੰਜਾਬ ਨਹੀਂ, ਓਪੋਜੀਸ਼ਨ ਜਿੱਦਾਂ ਦਾ ਸਾਡਾ ਰੋਲ ਹੈ ਉਹ ਕਰ ਰਿਹਾ ਅਸੀਂ ਓਪੋਜੀਸ਼ਨ ਦੇ ਤੌਰ ਤੇ, ਪਰ ਜੇ ਸਾਡੀ ਸੱਤਾ ਜਿਹੜੀ ਆਉਂਦੀ ਪੰਜਾਬ ਦੇ ਵਿੱਚ, ਤਾਂ ਹੀ ਅਸੀਂ ਕੋਈ ਮਾਡਲ ਦੇ ਸਕਦੇ ਸੀਗੇ ਲੋਕਾਂ ਨੂੰ, ਪਰ ਕਿਉਂਕਿ ਨਹੀਂ ਆਈ, ਇਸ ਕਰਕੇ ਦਿੱਲੀ ਦਾ ਮਾਡਲ ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੇ ਦਿਮਾਗ ਦੇ ਵਿੱਚ ਸੀਗਾ ਮਾਡਲ ਕੋਈ, ਔਰ ਉਹ ਮਾਡਲ ਦੇ ਆਧਾਰ ਤੇ ਉਹਨਾਂ ਨੇ ਜਿਹੜਾ ਹੈ ਸਿਰਫ ਇੱਕ 2-4 ਸਕੂਲਾਂ ਨੂੰ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ, ਜਿਹੜਾ ਕਿ ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਉੱਤੇ ਬੈਠਾ। ਵਾਲੀਆ ਸਾਹਿਬ, ਜੇ ਆਰਟੀਆਈ ਨੇ ਜਵਾਬ ਮੰਗੇ ਆ ਜੀ, ਜੇ ਗੱਲਾਂ ਹੁੰਦੀਆਂ ਤਾਂ 3000 ਦੇ ਕਰੀਬ ਦੁਨੀਆ ਸਕੂਲਾਂ ਦੇ ਕਮਰੇ ਮੋਡੀਫਾਈ ਕਰਾਏ ਆ ਜੀ, ਉਹ ਦੁਨੀਆ ਦੇ ਵਿੱਚ ਇੱਕ ਕਮਰੇ ਦੇ ਉੱਤੇ ਲਾਗਤ 3 ਲੱਖ ਰੁਪਏ ਹੈ ਜੀ। ਹੈਲਥ ਹੈ, ਐਸੀਆਂ ਕਿੰਨੀਆਂ ਸੋਨੇ ਦੇ ਟਾਲਾ ਲੱਗੀਆਂ ਇਹਨਾਂ ਦੇ ਪੀਡਬਲਿਊਡੀ ਦੇ ਡਿਪਾਰਟਮੈਂਟ ਦਾ ਐਜੂਕੇਸ਼ਨ ਮਿਨਿਸਟਰ, ਦੁਨੀਆ ਜਾਣਦੀ ਆ, ਦੁਨੀਆ ਦੇ 19 ਲੱਖ ਰੁਪਏ ਇੱਕ ਕਮਰੇ ਦੇ। ਵਾਲੀਆ ਸਾਹਿਬ, ਕੁਐਸਚਨਿੰਗ ਅੱਜ ਵੀ ਕਾਟ ਇਹ ਤਾਂ ਹੁਣ ਇੱਥੇ ਬਹਿ ਕੇ ਕੁਝ ਵੀ ਕਹੀ ਜਾਣ, ਆਰਟੀਆਈ ਮੈਂ ਲਿਆਣੀਆਂ ਜਾਣ ਗਏ ਨੇ, ਮੈਂ ਲਿਆਣੀਆਂ ਬੋਲ ਗਿਆ, ਸਟੈਂਡ ਦਾ ਬੱਚਾ ਬੱਚਾ ਜਾਣਦਾ ਹੈ ਤੁਹਾਨੂੰ ਕਿ ਇਹਨਾਂ ਨੇ ਮਾਡਲ ਕ੍ਰੀਏਟ ਕੀਤਾ ਇੱਕ ਕਮਰੇ ਉੱਤੇ 19 ਲੱਖ ਰੁਪਏ। ਸਰ, ਮੈਂ ਤਾਂ ਸੁਣ ਕੇ ਹੈਰਾਨ ਹਾਂ ਜੀ। ਬੰਦੂ ਜੀ, ਆਪਾਂ ਇੱਕ ਫੋਨ ਕਾਲ ਲੈ ਲਈਏ, ਲੋਕ ਦੱਸਣਗੇ ਜਿਹੜੇ। ਬਿਲਕੁਲ, ਲੋਕ ਜਾਣਦੇ ਨੇ, ਜੋਰਾ ਸਿੰਘ ਜੀ ਜਾਣਦੇ ਨੇ ਜੀ, ਲੋਕ ਜਾਣਦੇ ਨੇ। ਹਾਂਜੀ, ਕੀ ਕਹੋਗੇ ਤੁਸੀਂ? ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਬੋਲਿਆ ਜੀ, ਅਸੀਂ ਫਤਿਹਗੜ੍ਹ ਚੂੜੀਆਂ ਜਿੱਥੇ ਗੁਰਦਾਸਪੁਰ ਤੋਂ ਬੋਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਜਿੰਨੀਆਂ ਵੀ ਸਿਆਸੀ ਪਾਰਟੀਆਂ ਵਾ ਜਿੰਨੀਆਂ ਵੀ, ਹਾਂਜੀ, ਭਾਰਤ 'ਚ ਤੇ ਕੋਈ ਵੀ ਆ ਜਾਏ ਪਾਰਟੀ, ਇਹਨਾਂ ਸਭ ਸਿੱਖਾਂ ਨੇ ਕੋਈ ਇਨਸਾਫ਼ ਨੀ ਕੀਤਾ। ਹੁਣ ਕਾਂਗਰਸ ਨੇ ਕਮਲਨਾਥ ਨੂੰ ਬਣਾ ਤਾ ਜਿਹਨਾਂ ਦੇ ਖੂਨਾਂ ਹੱਥ ਅੱਗੇ ਆ। ਨਹੀਂ, ਅੱਜ ਦੇ ਮੁੱਦੇ ਭਾਜਪਾ ਦੇ ਬਾਦਲਾਂ ਰੰਗ ਨੇ ਬਗੜਾੜੀ ਕਾਰ ਚ ਗੋਲੀ ਚਲਾ ਕੇ ਜੀ, ਤੁਹਾਡੀ ਗੱਲ ਸਹੀ ਆ। ਅੱਜ ਦੇ ਮੁੱਦੇ ਤੇ ਗੱਲ ਕਰੀਏ, ਨਹੀਂ ਅੱਜ ਦੇ ਮੁੱਦੇ ਤੇ ਗੱਲ ਕਰੀਏ। ਡਾਕਟਰ ਭੀਮਿੰਦਰ, ਮੈਂ ਕਾਲਰ ਦਾ ਹੀ ਜਵਾਬ ਦੇਵਾਂਗਾ ਕਿ ਵਾਹਿਦ ਇੱਕ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਇੱਕ ਇਹੋ ਜਿਹੀ ਪਾਰਟੀ ਹੈ ਜਿਹਨੇ ਬਕਾਇਦਾ ਵਿਧਾਨ ਸਭਾ ਦੇ ਵਿੱਚ ਇਹ ਵਿਧਾਨ ਜਿਹੜਾ ਪਾਸ ਕਰਵਾਇਆ ਕਿ ਅਸੀਂ ਕਾਂਗਰਸ ਦੇ ਔਰ ਖਾਸ ਤੌਰ ਤੇ ਰਾਜੀਵ ਗਾਂਧੀ ਨੇ ਜੋ ਨਸਲ ਕੁਸ਼ੀ ਕੀਤੀ ਹੈ ਦਿੱਲੀ ਦੇ ਵਿੱਚ, ਉਹਦੇ ਵਿੱਚ ਸਵਾਲ ਹੀ ਪਾ, ਉਹ ਵਾਪਸ ਆ ਗਈ ਜੀ ਕੱਲ੍ਹ। ਅੱਛਾ, ਚਲੋ ਆਪਾਂ ਇਹ ਕਰਦੇ ਹਾਂ, ਤੁਸੀਂ 84 ਦੇ ਦੰਗਿਆਂ ਦੇ ਉੱਤੇ ਪ੍ਰਸਤਾਵ ਪਾਸ ਕੀਤਾ, ਤੁਸੀਂ ਗੁਜਰਾਤ ਦੰਗਿਆਂ ਤੇ ਕਿਉਂ ਨੀ ਪ੍ਰਸਤਾਵ ਕਰਾਂਗੇ ਜੀ? ਬਿਲਕੁਲ ਕਰਾਂਗੇ, ਦਿੱਲੀ ਦੇ ਵਿੱਚ ਹੋਏ ਨੇ ਵੋਟਾਂ ਦੀ ਰਾਜਨੀਤੀ, ਦਿੱਲੀ ਦੇ ਵਿੱਚ ਸੁਖਦਰਸ਼ਨ ਚਾਹਲ ਹੋਰੀ ਜਿਹੜੇ ਸਾਡੇ ਸਿਆਸੀ ਟਿੱਪਣੀਕਾਰ ਨੇ, ਉਹਨਾਂ ਦੀ ਟਿੱਪਣੀ ਲੈ ਕੇ ਗੱਲ ਅੱਗੇ ਵਧਾਉਣੇ ਆ, ਕੀ ਕਹੋਗੇ ਇਹ ਦੋਨਾਂ ਦੀਆਂ ਤੁਸੀਂ ਗੱਲਾਂ ਸੁਣੀਆਂ ਨੇ?
ਮਾਲੀਆ ਸਾਹਿਬ ਇਹ ਤਾਂ ਦੇਖਣ ਜਾ ਰਿਹਾ ਵੀ ਮਿਹਣੋ ਮਿਹਣੀ ਹੋ ਕੇ ਟੁੱਟ ਗਈ, ਲੋਕੀ ਕਹਿਣਗੇ ਮਲੰਗ ਨਾਲ ਯਾਰੀ ਤੇ ਕੋਈ ਟਾਈਮ ਸੀ, ਦੂਜਾ ਜ਼ਿਆਦਾ ਠੀਕ ਹੈ ਟੁੱਟ ਗਈ ਚੜਾ ਕਰਕੇ, ਟੁੱਟ ਗਈ ਤੜਾ ਕਰਕੇ ਵੀ ਚਲੋ ਟਾਈਮ ਸੀਗਾ। ਮੈਂ ਦੋਨੇ ਚੀਜ਼ਾਂ ਸਾਡੇ ਦੋਨੇ ਜਿਹੜੇ ਸੱਜਣ ਨੇ ਤੇ ਦੇਖੋ, ਮੈਂ ਪਹਿਲੀ ਗੱਲ ਖਹਿਰਾ ਸਾਹਿਬ ਨਾਲ ਸ਼ੁਰੂ ਤੋਂ ਇੱਕ ਇਸ ਮੁੱਦੇ 'ਤੇ ਡਿਫਰ ਕਰਦਾ ਸੀ ਕਿ ਜਿਸ ਵੇਲੇ ਜਦੋਂ ਕੇਜਰੀਵਾਲ ਦੇ ਝੰਡੇ ਹੇਠ ਲੜ ਰਹੇ ਸੀਗੇ, ਜਿਸ ਵੇਲੇ ਚੋਣ ਲੜੀ ਪੰਜਾਬ ਦੇ ਵਿੱਚ, ਮੂਵਮੈਂਟ ਇੱਕ ਖੜੀ ਹੋਈ, ਇੱਕ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ, ਉਸ ਵੇਲੇ ਇਹਨਾਂ ਨੂੰ ਕੀ ਕੇਜਰੀਵਾਲ ਦੇ ਖਿਲਾਫ਼ ਜੋ ਹੁਣ ਇਹਨਾਂ ਨੇ ਬਗਾਵਤਾਂ ਕੀਤੀਆਂ ਨੇ ਵੀ ਉਸ ਕੇਜਰੀਵਾਲ ਇਸ ਗੱਲੋਂ ਗਲਤ ਸੀ, ਇਸ ਗੱਲੋਂ ਗਲਤ ਸੀ, ਉਹ ਉਸ ਵੇਲੇ ਚੁੱਪ ਰਹੇ। ਉਸ ਵੇਲੇ ਲੋਕਾਂ ਨੇ ਜਵਾਬ ਦਿੱਤਾ ਵੀ ਕੇਜਰੀਵਾਲ ਇਹਨਾਂ ਮੁੱਦਿਆਂ ਤੋਂ ਗਲਤ ਸੀ, ਜੇ ਵੀ ਇੱਕੋ, ਕਿਉਂਕਿ ਪੰਜਾਬ ਹਰਿਆਣਾ ਦੀ ਹਮੇਸ਼ਾ ਰਹੀ ਹੈ ਪਾਣੀ ਦੇ ਮਸਲੇ ਨੇ। ਦੂਜੀਆਂ ਦੋ ਪਾਰਟੀਆਂ ਨਾਲ ਇਹਨਾਂ ਦੀ ਟੱਕਰ ਸੀ, ਬੀਜੇਪੀ ਅਤੇ ਕਾਂਗਰਸ, ਅਕਾਲੀ ਦਲ ਬੜਾ ਸਟਰੋਂਗ ਗਰੁੱਪ ਸੀਗਾ ਅਤੇ ਉਹਨਾਂ ਨੂੰ, ਮੀਡੀਆ ਨੂੰ ਇਹਨਾਂ ਨੇ ਟੱਕਰ ਦੇਣੀ ਸੀ। ਉਸ ਵੇਲੇ ਇਹਨਾਂ ਨੇ ਜਿਹੜਾ ਕਾਊਂਟਰ ਨਹੀਂ ਕਰ ਪਾਏ ਇਹ, ਅਤੇ ਉਹਨਾਂ ਨੂੰ ਦੋ ਮੁੱਦੇ ਮਿਲੇ, ਜਿਸ ਤਰ੍ਹਾਂ ਕੇਜਰੀਵਾਲ ਜੀ ਦਾ ਰਾਜਪੁਰਾ ਵਿਖੇ ਉਹ ਕਿਹਾ ਜਾਣਾ ਸੰਜੇ ਸਿੰਘ ਵੱਲੋਂ ਕਿ ਸੀ ਐੱਮ ਬਣ ਸਕਦੇ ਨੇ, ਇਹ ਚੀਜ਼ ਨੇ ਇਸ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਸੀਗਾ, ਉਹ ਅਸੀਂ ਦੇਖਿਆ। ਉਹੀ ਚੀਜ਼ਾਂ ਹੁਣ ਨੇ ਇਹਨਾਂ ਨੇ, ਖਹਿਰਾ ਸਾਹਿਬ ਨੇ ਹੁਣ ਕਾਊਂਟਰ ਕਰ ਰਹੇ ਨੇ ਉਹ ਗੱਲਾਂ। ਪਹਿਲੀ ਗੱਲ, ਉਹ ਲੋਕਾਂ ਨੂੰ, ਖਹਿਰਾ ਸਾਹਿਬ ਦਾ ਧੜਾ ਬੇਸ਼ੱਕ ਪੰਜਾਬ ਦੇ ਵਿੱਚ ਧਰਮ ਦਾ ਸਹਾਰਾ ਵੀ ਲੈ ਰਿਹਾ, ਸਭ ਕੁਝ ਕਰ ਰਿਹਾ, ਪਰ ਉਹ ਗੱਲ ਨਹੀਂ ਬਣ ਰਹੀ। ਦੂਸਰੇ ਪਾਸੇ ਕੇਜਰੀਵਾਲ ਜੀ ਨੇ, ਜਿੱਥੋਂ ਤੱਕ ਉਹ ਜੇ ਪੰਜਾਬ ਤੋਂ ਗਰੇਜ ਕਰਨਗੇ, ਪੰਜਾਬ ਨੂੰ ਹੀ ਕਮਾਂਡ ਦੇਣਗੇ ਪੰਜਾਬੀਆਂ ਨੂੰ, ਤਾਂ ਉਹਨਾਂ ਦੀ ਪਾਰਟੀ ਦੁਬਾਰਾ ਮੂਵਮੈਂਟ ਦੇ ਵਿੱਚ ਆ ਸਕਦੀ ਹੈ। ਜਿਹੜਾ ਸੁਖਪਾਲ ਖਹਿਰਾ ਦਾ ਜਿਹੜਾ ਮੁੱਦਾ ਹੈ, ਜਿਹੜਾ ਮੁੱਦਾ ਹੈ, ਵਾਲੀ ਸਾਹਿਬ ਇੱਥੇ ਇੱਕ ਛੋਟੀ ਜਿਹੀ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਆਲਰੇਡੀ ਦੇ ਚੁੱਕੇ ਨੇ 21 ਮੈਂਬਰੀ ਕਮੇਟੀ ਪੰਜਾਬ ਦੀ ਬਣ ਚੁੱਕੀ ਹੈ। ਜੀ ਜੀ ਬਿਲਕੁਲ, ਤੁਹਾਡੀ ਗੱਲ ਜਿਹੜੀ ਹੈ ਇਹ ਬਿਲਕੁਲ ਤੁਹਾਡੀ ਠੀਕ ਹੈ ਚਹਿਲ ਸਾਹਿਬ, ਕਿ ਜੋ ਪਹਿਲਾਂ ਬੋਲਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਜਦੋਂ ਛੋਟੇ ਪੁਰ ਨੂੰ ਕੱਢਿਆ ਗਿਆ, ਹੁਣ ਉਹਦੇ ਕੋਲ ਜਾ ਰਹੇ ਨੇ, ਬਹੁਤ ਸਾਰੀਆਂ ਗੱਲਾਂ ਨੇ, ਜੋਰਾ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਲਾਉਣਾ ਜਾਂ ਨਹੀਂ ਲੜਾਉਣਾ। ਬੱਧੂ ਜੀ ਤੁਸੀਂ ਕਹਿ ਰਹੇ ਹੋ ਸਾਨੂੰ ਕੋਈ ਫਰਕ ਨਹੀਂ ਪੈਂਦਾ, ਤੁਹਾਡੇ ਕੋਲ 7 MLA ਨੇ, ਸੁਖਪਾਲ ਖਹਿਰਾ ਕੋਲ 8 ਸੀ, ਉਹਨਾਂ 'ਚੋਂ ਇੱਕ ਚਲਾ ਗਿਆ, ਜਦੋਂ ਮੈਂ ਤੁਹਾਨੂੰ ਪੁੱਛਿਆ ਤੁਸੀਂ ਕਿਹਾ ਕੋਈ ਫਰਕ ਨਹੀਂ ਪੈਂਦਾ, ਇਹ ਗੱਲ ਸਮਝ ਨਹੀਂ ਆਈ ਤੁਹਾਡੀ। ਦੇਖੋ ਜੰਗ ਹਲੇ ਸ਼ੁਰੂ ਹੋਣੀ ਹੈ ਜੀ, ਜਦ ਨਵੀਂ ਪਾਰਟੀ ਅਨਾਊਂਸ ਕਰਾਂਗੇ ਫਿਰ ਅਸਲੀ ਜੰਗ ਸ਼ੁਰੂ ਹੋਣੀ ਹੈ ਜੀ। ਜਿਹੜਾ ਬੰਦਾ ਜੰਗ ਤੋਂ ਪਹਿਲਾਂ ਹੀ ਹਥਿਆਰ ਸਿੱਟ ਗਿਆ ਜੀ ਤਾਂ ਚਲਾ ਜਾਂਦਾ, ਫਿਰ ਅਸੀਂ ਉਹਦਾ ਕੁਛ ਨਹੀਂ ਕਰ ਸਕਦੇ ਜੀ। ਬਾਕੀ ਜੈਕਿਸ਼ਨ ਅਰੋੜੀ ਸਾਹਿਬ ਨੇ ਜਿਸ ਦਿਨ 6 ਅਗਸਤ ਨੂੰ ਪ੍ਰੈਸ ਕਾਨਫਰੰਸ ਕਹੀ ਸੀ, ਉਹਨਾਂ ਨੇ ਬੜੀਆਂ ਗੱਲਾਂ ਕਹੀਆਂ ਨੇ ਉਹਦੇ 'ਚ ਕਿ ਦੁਰਗੇਸ਼ ਪਾਠਕ ਪਾਰਟੀ ਨੂੰ ਚਲਾਉਂਦਾ ਹੈ, ਦਾਦਾਗਿਰੀ ਕਰਦੇ ਹੈ, ਸਾਰਾ ਕੁਝ ਹਕੂਮਤਬਾਜ਼ੀ ਕਰਦੇ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮਨੀਸ਼ ਸਿਸੋਦੀਆ ਦੀ ਧੌਣ 'ਚ ਸਰੀਆ ਫਸਿਆ ਹੋਇਆ, ਉਹ ਸਰੀਆ ਨੂੰ ਮੈਂ ਕੱਢੂੰਗਾ। ਅੱਜ ਜੈਕਿਸ਼ਨ ਅਰੋੜੀ ਸਾਹਿਬ ਜਵਾਬ ਦੇਣ ਨਾ ਕਿ ਉਹ ਸਰੀਆ ਨਿਕਲ ਗਿਆ, ਬੰਦੂ ਜੀ ਅੱਜ ਦੁਰਗੇਸ਼ ਪਾਠਕ ਹੋਣੀ ਫਿਰ ਉਹੀ ਠੀਕ ਹੋ ਗਏ, ਉਹ ਠੀਕ ਤਰ੍ਹਾਂ ਪਾਰਟੀ ਨੂੰ ਚਲਾ ਰਹੇ ਨੇ। ਬੰਦੂ ਜੀ ਤੁਸੀਂ ਪਹਿਲਾਂ ਇਲਜ਼ਾਮ ਦਰਾਸ਼ੀ ਕਰ ਰਹੇ ਹੋ, ਠੀਕ ਹੋ ਗਏ ਨੇ, ਆਪਾਂ ਉਹਨਾਂ ਦੀ ਵੀ ਗੱਲ ਸੁਣ ਲਈਏ। ਹੈਲੋ, ਹੈਲੋ, ਹਾਂਜੀ ਹਾਂਜੀ, ਮੈਂ ਸਿੰਘ ਰੋਪੜਾ ਬੋਲਦਾ ਜੀ, ਡਿਸਟ੍ਰਿਕਟ ਗੁਰਦਾਸਪੁਰ ਤੋਂ। ਹਾਂਜੀ ਹਾਂਜੀ ਬੋਪਰਾ ਸਾਹਿਬ, ਮੈਂ ਇਹ ਕਹਿਣਾ ਚਾਹੁੰਦਾ ਜੀ ਵਾਲੀਆ ਸਾਹਿਬ ਜੀ, ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਵਾਕਈ, ਅੱਗੇ ਕਬੀਰ ਨੇ ਗੱਲ ਕੀਤੀ ਸੀ ਵੀ ਕੇਜਰੀਵਾਲ ਨੇ ਪਾਰਟੀ ਦਾ ਬੇੜਾ ਗਰਕ ਕਰਤਾ ਸੀ, ਵਾਕਈ ਇਹ ਗੱਲ ਸੱਚ ਵਾ। ਮੈਂ ਵੀ ਆਮ ਆਦਮੀ ਪਾਰਟੀ ਵਿੱਚ ਹਾਂ, ਬਹੁਤ ਵੱਡਾ ਵਰਕਰ ਸਾਂ ਬਟਾਲੇ ਜ਼ਿਲ੍ਹੇ 'ਚ, ਬਟਾਲੇ ਆਪਣਾ ਹਲਕੇ 'ਚ, ਤੇ ਜਿਹੜੇ ਘੁੱਗੀ ਖਲੋਤਾ ਸੀ ਤੇ ਉਹ ਕੇਜਰੀਵਾਲ ਦੇ ਇਹ ਗੱਲਾਂ ਕਰਨ ਨਾਲ ਹੀ ਤੇ ਸਿੱਧੂ ਨੂੰ ਨਾਂ ਲੈਣ ਨਾਲ ਹੀ ਪਾਰਟੀ ਸਾਡੀ ਹਰੀ ਆ। ਹੁਣ ਪਾਰਟੀ ਆਮ ਆਦਮੀ ਪਾਰਟੀ ਨਾਲ ਸਟੈਂਡ ਨਹੀਂ ਗਈ ਹੋਣੀ, ਹੁਣ ਤੇ ਸੁਖਪਾਲ ਖਹਿਰਾ ਬਹੁਤ ਸੋਨੇ ਵਰਗਾ ਖਰਾ ਬੰਦਾ, ਗੱਲ ਠੋਕ ਵਜਾ ਕੇ ਤੱਥਾਂ ਨਾਲ ਕਹਿੰਦਾ ਜੀ, ਕੋਈ ਝੂਠ ਨੀ, ਕੋਈ ਕੁਛ ਨੀ। ਇਹਦਾ ਜਵਾਬ ਤਾਂ ਡਾਕਟਰ ਭੀਮਿੰਦਰ ਮੈਂ ਦੇਣਾ ਚਾਹੁੰਦਾ ਸੀਗਾ, ਜਿਵੇਂ ਚਹਿਲ ਸਾਹਿਬ ਨੇ ਕਿਹਾ ਸੀਗਾ ਬਿਲਕੁਲ ਖਰੇ ਬੰਦੇ ਹੈਗੇ ਚਾਹੇ ਆਪਣਾ ਖਹਿਰਾ ਸਾਹਿਬ। ਮੈਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਉਹ ਵਿੱਚ ਸੀਗੇ, ਠੀਕ ਹੈ ਨਾ, ਕਦੇ ਉਹ ਇਹੀ ਗੱਲਾਂ ਕਾਂਗਰਸ ਵੇਲੇ ਕਾਂਗਰਸ ਦੇ ਹੱਕ 'ਚ ਕਰਦੇ ਸੀਗੇ, ਜਦੋਂ ਆਮ ਆਦਮੀ ਪਾਰਟੀ 'ਚ ਆ ਗਏ ਉਹੀ ਗੱਲਾਂ ਉਹਨਾਂ ਨੇ ਆਮ ਆਦਮੀ ਪਾਰਟੀ 'ਚ ਕਰਨੀਆਂ ਸ਼ੁਰੂ ਕਰਤੀਆਂ, ਜਦੋਂ ਉਹ ਬਾਹਰ ਹੋ ਗਏ ਉਹੀ ਉਹਨਾਂ ਨੇ ਗੱਲਾਂ ਜਿਹੜੀਆਂ ਸੀਗੀਆਂ ਉਹ ਪੰਜਾਬ ਦੀ ਖੁਦਮੁਖਤਿਆਰੀ ਦੇ ਹੱਕ 'ਚ, ਸੋ ਅਕੌਤੀ ਖੁਦਮੁਖਤਿਆਰੀ ਦੇ ਕਰਨ ਸ਼ੁਰੂ ਕਰਤੀਆਂ। ਸਰ ਖੁਦਮੁਖਤਿਆਰੀ ਦਾ ਭਗਵੰਤ ਮਾਨ ਸਾਹਿਬ ਮੰਗ ਰਹੇ ਨੇ ਨਾ, ਜੇ 2014 'ਚ ਭਗਵੰਤ ਮਾਨ ਸਾਹਿਬ ਦੀ ਆਡੀਓ ਰਿਲੀਜ਼ ਹੁੰਦੀ ਆ, ਡਾਕਟਰ ਗਾਂਧੀ ਸਾਹਿਬ ਨਾਲ ਗੱਲ ਕਰਦੇ ਨੇ ਜਦੋਂ ਕਿ ਸਾਨੂੰ ਖੁਦਮੁਖਤਿਆਰੀ ਚਾਹੀਦੀ, ਅਸੀਂ ਆਪਣੇ ਫੈਸਲੇ ਆਪ ਕਰਾ ਲਈਏ, ਮੈਂ ਸੈਲੀਬ੍ਰਿਟੀ ਆ, ਤੁਸੀਂ ਸੈਲੀਬ੍ਰਿਟੀ ਹੋ, ਵਾਲੀ ਸਾਹਿਬ ਮੈਂ ਕਹਿੰਦਾ ਅਸੀਂ ਆਪਣੀ ਸੈਲੀਬ੍ਰਿਟੀ ਕਰ ਦਿੱਤੇ ਆ, ਖੁਦਮੁਖਤਿਆਰੀ ਤਾਂ ਉਹ ਮੰਗਦੇ ਨੇ ਸਰ ਜੀ, ਜਦੋਂ ਖਹਿਰਾ ਸਾਹਿਬ ਪਾਰਟੀ ਦੇ ਅੰਦਰ ਸੀਗੇ ਉਦੋਂ ਕਿਉਂ ਨਹੀਂ ਬੋਲੇ ਉਹ।
ਜਦੋਂ ਬਹੁਤ ਸਾਰੇ ਗਾਂਧੀ ਜੀ ਗਏ, ਕਿਉਂ ਜੀ ਤੁਹਾਡੇ ਕੋਲ ਜਵਾਬ ਹੈ ਜੀ ਗਏ ਸਰ, ਕਿਉਂ ਉਦੋਂ ਕਿਉਂ ਖੜੇ ਹੋ ਗਏ ਰਾਣਾ ਗੁਰਜੀਤ ਨੂੰ ਪੁੱਛਣ ਲੱਗੇ ਨਹੀਂ ਜਦੋਂ ਖਹਿਰਾ ਸਾਹਿਬ ਰਾਣਾ ਗੁਰਜੀਤ ਸਿੰਘ ਜਵਾਬ ਦੇਗਾ ਨਾ, ਜਦੋਂ ਰਾਣਾ ਗੁਰਜੀਤ ਕਿਉਂ ਹਟਿਆ ਕਿਹਦੀ ਵਜ੍ਹਾ ਨਾਲ ਹਟਿਆ? ਨਹੀਂ 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 ਕੁਰਸੀ ਤੋਂ ਬਾਅਦ ਖਵਾਵੇ ਠੀਕ ਕਰ ਰਹੇ, ਜਦੋਂ ਕੁਰਸੀ ਤੋਂ ਉਤਾਰਦਾ ਉਦੋਂ ਜਦੋਂ ਛੋਟੇ ਪੁੱਤ ਕੱਢਿਆ ਉਦੋਂ ਕਿਉਂ ਨਹੀਂ ਬੋਲੇ ਸਰ? ਉਦੋਂ ਵੀ ਬੋਲੇ ਨੇ ਜੀ ਛੋਟੇ ਪੁੱਤ ਨੇ, ਅਸੀਂ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ, ਅਸੀਂ ਸਾਰੇ ਬੋਲੇ ਨੇ ਅੱਜ ਛੋਟੇ ਪੁੱਤ ਦੇ ਘਰ ਜਾ ਕੇ ਇਹੀ ਮਿੰਤਾ ਕਰ ਰਹੇ ਨੇ ਉੱਥੇ, ਨਹੀਂ ਅਸੀਂ ਤਾਂ ਛੋਟੇ ਪੁੱਤ ਸਾਰੇ ਨੂੰ ਕਿਉਂ ਕਰ ਰਹੇ ਨੇ? ਅਸੀਂ ਤਾਂ ਅਸੀਂ ਖਹਿਰਾ ਸਾਹਿਬ ਨੂੰ ਬੋਲ ਕੇ ਉਹ ਕੱਢਿਆ ਸੀ ਨਾ, ਅਸੀਂ ਤਾਂ ਖਹਿਰਾ ਸਾਹਿਬ ਦੇ ਘਰ ਘਰੇ ਵੀ ਗਿਆ ਸਰ, ਉਹਨਾਂ ਨੂੰ ਕਿਉਂ ਕੱਢਿਆ ਤੁਸੀਂ? ਅਸੀਂ ਤਾਂ ਪਹਿਲਾਂ ਤੋਂ ਸਾਹਿਬ ਦੇ ਅੱਜ ਤੁਹਾਨੂੰ ਮਿੰਤਾ ਕਰਨੀ ਆ ਪੈਰੀ ਛੋਟੇ ਪੁੱਤ ਸਾਹਿਬ, ਉਹ ਗੱਲ ਕਿਆ ਆਡੀਓ ਵੀਡੀਓ ਰਿਲੀਜ਼ ਕਰੋਗੇ ਉਹਨਾਂ ਦੀ? ਫੋਨ ਕਾਲ ਹੋਰ ਲੈ ਲਈ ਆਪਾਂ, ਫੇਰ ਤੁਹਾਡੀ ਗੱਲ ਸੁਣਦੇ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਅੱਜ ਮੈਂ ਰਜੀਤ ਸਿੰਘ ਬੋਲਦਾ ਜੀ ਬਰਨਾਲਾ ਤੋਂ ਜੀ। ਇਹੀ ਗੱਲ ਕਹਿਣੀ ਚਾਹੁੰਦਾ, ਜੋ ਕੇਜਰੀਵਾਲ ਨੇ ਨਾ ਇਹਨਾਂ ਬਿਲਕੁਲ ਪੰਜਾਬ ਦੇ ਵਿੱਚ ਆਏ ਨੀ ਹੈ, ਕਿਸ ਗੱਲ ਦੇ ਵਿੱਚ ਜੋ ਵੀ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਇਹ ਬਾਰੇ ਕਹਿੰਦਾ ਇਹੀ ਕਰ ਚਾਹੁੰਦਾ ਤੇ ਸਭ ਬਹੁਤ ਹੀ ਨਜ਼ਰ ਮੰਨਦੇ ਹੈਗੇ ਨੇ, ਇਹਨਾਂ ਜੁੜਨਾ ਚਾਹੀਦਾ ਜੀ। ਬਾਕੀ ਜਿਹਨਾਂ ਵੀ ਕਾਂਗਰਸ ਹੋਵੇ ਇਹਨਾਂ 84 ਦੇ ਮੁੱਦੇ ਬਹੁਤ ਹੀ ਜੀ। ਸ਼ੁਕਰੀਆ ਚਹਿਲ ਸਾਹਿਬ, ਤੁਸੀਂ ਫਿਰ ਕਿਉਂਕਿ ਗੱਲ ਜਿਹੜੀ ਦੋਨੇ ਧਿਰਾਂ ਦੀ ਆਪਾਂ ਸੁਣ ਰਹੇ ਹਾਂ, ਇਹ ਦੋਨੇ ਧਿਰਾਂ ਆਪਣੇ ਆਪਣੇ ਥਾਂ 'ਤੇ ਨੇ। ਹਾਲਾਂਕਿ ਡਾਕਟਰ ਭੀਮਿੰਦਰ ਦਾ ਇਹ ਤਰਕ ਸਮਝ ਆਉਂਦਾ ਕਿ ਜਦੋਂ ਉਹ ਪਾਰਟੀ ਦੇ ਵਿੱਚ ਸੀ ਉਦੋਂ ਇਸ ਤਰ੍ਹਾਂ ਦੀ ਆਵਾਜ਼ ਨਹੀਂ ਉਠਾਈ, ਲੇਕਿਨ ਇਹ ਗੱਲ ਸਹੀ ਹੈ ਇਹ ਬੰਧੂ ਸਾਹਿਬ ਦੀ ਕਿ ਜਦੋਂ ਕੇਜਰੀਵਾਲ ਨੇ ਮਾਫ਼ੀ ਮੰਗੀ, ਜਦੋਂ ਹਾਰ ਵੀ ਹੁੰਦੀ ਹੈ, ਜਲੰਧਰ 'ਚ ਬੈਠ ਕੇ ਇਹ HS ਵਾਲੀਆ ਦੇ ਘਰ ਜਿਹੜੀ ਮੀਟਿੰਗ ਕਰਦੇ ਨੇ, ਜਿਹਨੂੰ ਇਹਨਾਂ ਨੇ ਸੈਲਫ ਇੰਟਰੋਸਪੈਕਸ਼ਨ ਦਾ ਨਾਂ ਦਿੱਤਾ, ਉਦੋਂ ਜਿਹੜੀ ਹੈ ਖੁਦਮੁਖਤਿਆਰੀ ਦੀ ਗੱਲ ਚੱਲੀ ਸੀ। ਇਹ ਸਾਰੇ ਹਾਲਾਤ ਦੇ ਵਿੱਚ ਆਪਾਂ ਜੇ ਮੁੱਦੇ 'ਤੇ ਆਈਏ, ਤੁਹਾਡਾ ਕੀ ਨਜ਼ਰੀਆ ਲੱਗਦਾ ਕਿ ਇਹ ਜਿਹੜੇ ਜਿਸ ਪਾਸੇ ਨੂੰ ਪਾਰਟੀਆਂ ਦੋਨੇ ਜਾ ਰਹੀਆਂ ਨੇ, ਇਹ ਕੋਈ ਆਪ ਜਿੱਤਣ ਦੀ ਸਥਿਤੀ 'ਚ ਬਣ ਵੀ ਜਾਣਗੇ ਕਦੇ, ਕਿ ਇਹ ਹਰਾਉਣ ਵਾਲੇ ਜਾਂ ਆਪੋਜੀਸ਼ਨ 'ਚ ਰਹਿਣ ਦੀ ਇਹਨਾਂ ਦੀ? ਦੇਖੋ, ਜਿਹੜਾ ਪੰਜਾਬ ਦਾ ਇਤਿਹਾਸ ਹੈ, ਰਾਜਨੀਤਿਕ ਇਤਿਹਾਸ ਹੈ, ਉਹ ਕਹਿੰਦਾ ਹੈ ਇਹ ਦੋਨੇ ਮੇਰੇ ਸੱਜਣ ਮੇਰੇ ਤੋਂ ਏਜ 'ਚ ਵੀ ਵੱਡੇ ਹੋਣਗੇ। ਦੇਖੋ, ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਉਸ ਵੇਲੇ ਗਰਮ ਖਿਆਲੀ ਟਾਈਮ ਇੱਕ ਮੌਕਾ ਦਿੱਤਾ ਸਾਡੇ ਲੋਕਾਂ ਨੇ, ਇੱਕੋ ਵਾਰੀ ਸਾਰੇ MP ਬਣੇ। ਪੰਜਾਬ ਦੇ ਵਿੱਚ ਵੀ ਲੋਕ ਜਿਹੜੀਆਂ ਮੌਜੂਦਾ ਪਾਰਟੀਆਂ ਸੀ ਉਹਨਾਂ ਤੋਂ ਅੱਕੇ ਹੋਏ ਸੀ, ਲੋਕ ਬਦਲ ਚਾਹੁੰਦੇ ਸੀ। ਘੱਟੋ ਘੱਟ ਕੈਨੇਡਾ ਵਾਲੇ ਤਾਂ ਦੁਖੀ ਨੇ ਹੁਣ, ਕੈਨੇਡਾ ਚਲੋ ਬਾਹਰਲੇ ਸਾਰੇ ਸੀਗੇ ਉਹ ਲੋਕਾਂ ਨੇ। ਦੇਖੋ, ਪਹਿਲੀ ਵਾਰੀ ਗਦਰ ਪਾਰਟੀ ਵਾਲਾ ਕੰਮ ਹੋ ਰਿਹਾ ਚੱਲੀ ਸੀ, ਉਹ ਇਸ ਵੇਲੇ ਜਦੋਂ ਪੰਜਾਬ ਦੇ ਵਿੱਚ ਇਹਨਾਂ ਨੂੰ ਇੱਕ ਮੌਕਾ ਦਿੱਤਾ ਲੋਕਾਂ ਨੇ, ਮੌਕਾ ਬੜਾ ਸੁਨਹਿਰੀ ਸੀ। ਸਿਰਫ ਇਹੀ ਗੱਲ ਸੀ ਵੀ ਜੇ ਕੇਜਰੀਵਾਲ ਸਾਹਿਬ ਦੀ ਇੱਕ ਬਿਆਨ ਨੇ 7 ਦਿਨਾਂ 'ਚ ਗੇਮ ਜਿਹੜੀ ਸੀ ਪਲਟਤੀ ਸੀ, ਵੀ ਇੱਕ ਗੇਮ 'ਤੇ ਵੀ ਉਹ ਕੇਜਰੀਵਾਲ ਸਾਹਿਬ ਵੀ ਮੰਤਰੀ ਹੋ ਸਕਦੇ ਨੇ, ਮੁੱਖ ਮੰਤਰੀ ਹੋ ਸਕਦੇ ਨੇ, ਉਹ ਸਫਾਈ ਦੇਣ ਦੇ, ਕਿਉਂਕਿ ਦੂਜੀਆਂ ਪਾਰਟੀਆਂ ਦੋਨੇ ਤਾਕਤ ਸੀ ਉਸ ਨੂੰ ਉਤਾਰਨ ਵਾਸਤੇ। ਦੂਜੀ ਗੱਲ ਹੈ ਨਵਜੋਤ ਸਿੱਧੂ ਅਤੇ ਸਰਦਾਰ ਪ੍ਰਗਟ ਸਿੰਘ, ਉਹ ਜੇ ਆ ਜਾਂਦੇ, ਦੇਖੋ ਉਹੀ ਕਾਂਗਰਸ 'ਚ ਗਏ, ਕਾਂਗਰਸ ਸੱਤਾ 'ਤੇ ਆ ਗਈ, ਸਾਰਾ ਦੁਆਬਾ ਮਾਝਾ ਪਲਟ ਗਿਆ। ਉਹ ਪ੍ਰੋਬਲਮ ਸਿਰਫ ਇੱਕ ਗੱਲ 'ਤੇ ਉਹ ਬੰਦੇ ਇਸ ਚੀਜ਼ ਤੋਂ ਥਿੜਕੇ ਕਿ 7 ਬੰਦਿਆਂ ਨੂੰ ਪੁੱਤ ਦਿੱਤੇ ਹੋਏ ਸੀ ਕਿ ਵੀ ਤੁਹਾਨੂੰ 7 ਨੂੰ, ਜਿਹਨਾਂ ਛੋਟੇਪੁਰ ਖਹਿਰਾ ਔਰ ਆਪਣੇ ਦੂਸਰੇ ਸੀਗੇ ਭਗਵੰਤ ਜੀ ਹੋਰ ਹੋਣੇ, ਉਹ ਕਹਿੰਦੇ ਵੀ 7 ਬੰਦਿਆਂ ਨੂੰ ਪੁੱਤ ਦਿੱਤੇ ਹੋਏ ਸੀ ਵੀ ਤੁਹਾਨੂੰ CM ਬਣਾਉਣਾ। ਕਿਉਂਕਿ ਇੱਕ ਲੋਕ ਨੇ ਜਿਹੜੇ ਜਦੋਂ ਤੁਸੀਂ ਕਿਸੇ ਵੀ ਪਾਰਟੀ ਨੂੰ ਚਲਾਉਣਾ, ਇੱਕ ਠੋਸ ਨੀਤੀ ਲੈ ਕੇ ਲੋਕਾਂ 'ਚ ਜਾਣਾ ਚਾਹੁੰਦਾ। ਮੈਂ ਕਹੂੰਗਾ ਕਿ ਉਸ ਵੇਲੇ ਇਹਨਾਂ ਨੂੰ ਇਹੀ ਲੌਸ ਹੋਇਆ। ਹੁਣ ਖਹਿਰਾ ਸਾਹਿਬ ਵੀ ਹੁਣ ਚੱਲ ਰਹੇ ਨੇ, ਖਹਿਰਾ ਸਾਹਿਬ ਦਾ ਕੋਈ ਇੱਕ ਪ੍ਰੋਗਰਾਮ ਨਹੀਂ ਹੈ ਲੋਕਾਂ 'ਚ। ਦੇਖੋ, ਉਹ ਉਹਨਾਂ ਨੇ ਧਰਮ ਦਾ ਸਹਾਰਾ ਲਿਆ, ਮੈਂ ਬਰਗਾੜੀ ਕਾਂਡ ਜੋ ਹੋਇਆ ਬੇਅਦਬੀ ਮੈਂ ਉਹਦੇ ਖਿਲਾਫ਼ ਹੈ ਨਿੱਜੀ ਰੂਪ 'ਚ ਹਰੇਕ ਸਿੱਖ, ਪਰ ਉਹਨਾਂ ਨੇ ਧਰਮ ਦਾ ਸਹਾਰਾ ਵੀ ਲੈਣ ਦੀ ਕੋਸ਼ਿਸ਼ ਕੀਤੀ। ਉਹ ਕਾਂਗਰਸ 'ਚ ਵੀ ਰਹੇ ਨੇ ਜਦੋਂ ਧਰਮ ਨਿਰਪੱਖਤਾ ਦਾ ਪਟਾ ਗਲ 'ਚ ਪਾਇਆ ਹੋਇਆ ਸੀਗਾ, ਅਤੇ ਉਹੀ ਟਾਈਮ ਹੁਣ ਉਹ ਲੈ ਰਹੇ ਨੇ ਜੀ। ਪਰ ਲੋਕ ਉਹਨਾਂ ਚਿਰ ਤੁਹਾਡੇ ਨਾਲ ਨਹੀਂ ਤੁਰਦੇ ਜਦੋਂ ਇੱਕ ਨਕਾਤੀ ਕੋਈ ਠੋਸ ਪ੍ਰੋਗਰਾਮ ਲੈ ਕੇ ਜਾਓਗੇ। ਉਹੀ ਸਮੱਸਿਆ ਦੋਨੇ ਧਿਰਾਂ ਨੂੰ ਹੁਣ ਧਿਰਾਂ ਨੂੰ ਸਹਿਣੀ ਪੈ ਰਹੀ ਹੈ ਪੰਜਾਬ। ਚਹਿਲ ਸਾਹਿਬ, ਤੁਸੀਂ ਬਿਲਕੁਲ, ਹੁਣ ਇਹ ਜਿਵੇਂ ਇਹਨਾਂ ਨੇ ਤੁਹਾਡੇ 'ਤੇ ਟਿੱਪਣੀ ਕੀਤੀ ਹੈ, ਤੁਹਾਡੇ 'ਤੇ ਆਮ ਆਦਮੀ ਪਾਰਟੀ ਦੇ ਭੀਮਿੰਦਰ ਕਾਫ਼ੀ ਅੱਛੇ ਜਿਹੜੇ ਤਰਕ ਨਾਲ ਇਹਨਾਂ ਨੇ ਇਲਜ਼ਾਮ ਲਗਾਏ ਨੇ, ਇਹਦੇ ਬਾਰੇ ਕੀ ਕਹੋਗੇ? ਇਹੀ ਮੈਂ ਕਹਿਣਾ ਚਾਹੁੰਦਾ ਕਿ ਨਵੀਂ ਪਾਰਟੀ ਹੈ, 5 ਸਾਲ ਹਜੇ, ਸਿਰਫ 5 ਸਾਲ ਬਣੇ ਨੂੰ ਹੋਏ ਨੇ, ਗਲਤੀਆਂ ਹੋਈਆਂ ਨੇ ਔਰ ਉਹਨਾਂ ਗਲਤੀਆਂ ਨੂੰ ਅਸੀਂ ਬਾਰ ਬਾਰ ਸੁਧਾਰ। ਵੱਡੀ ਗਲਤੀ ਹੋਈ ਹੈ ਤੁਹਾਡੀ ਵੱਡੀਆਂ, ਜਿਵੇਂ ਇੱਕ ਤਾਂ ਪਹਿਲੀ ਗੱਲ, ਅਸੀਂ ਜੋ ਮੁੱਖ ਮੰਤਰੀ ਦਾ ਚਿਹਰਾ ਨਹੀਂ ਦੇ ਸਕੇ, ਠੀਕ ਹੈ ਜੀ। ਨੰਬਰ 1, ਟਿਕਟਾਂ ਸਾਡੇ ਤੋਂ ਕਈ ਵਾਰੀ ਹੋ ਸਕਦੀ, ਕਿਉਂਕਿ ਜਿਹੜੇ ਪੁਰਾਣੇ ਲੋਕ ਕੀ ਚਾਹੁੰਦੇ ਸੀ, ਨਵਜੋਤ ਸਿੱਧੂ ਵਾਲੀ ਗੱਲ ਨਹੀਂ ਮੰਨਦੇ, ਨਵਜੋਤ ਸਿੱਧੂ ਹੋ ਹੈਗੀ ਹੈ ਬਿਲਕੁਲ। ਇੱਕ ਦੂਸਰੀ ਗੱਲ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ, ਉਹ ਲੋਕ ਅਕਾਲੀ ਕਾਂਗਰਸ ਤੋਂ ਇੰਨੇ ਅੱਕੇ ਸੀ, ਉਹ ਚਾਹੁੰਦੇ ਸੀ ਇਹੀ ਤੁਸੀਂ ਦੁਬਾਰਾ ਫੇਰ ਲਿਆਉਂਦੇ ਸਾਡੇ ਸਾਹਮਣੇ। ਉਹ ਜਿਹੜੇ ਅਕਾਲੀ ਕਾਂਗਰਸੀ ਆਏ, ਠੀਕ ਹੈ ਨਾ, ਉਹ ਸਾਰੇ ਬੰਦੇ ਹਾਰ ਗਏ।
ਕਿਉਂਕਿ ਸਾਨੂੰ ਲੱਗਦਾ ਸੀ ਕਿ ਸ਼ਾਇਦ ਲੋਕ ਦਿੱਲੀ ਵਾਲਾ ਇੱਥੇ ਵੈਸੇ ਜਿਹੜਾ ਅਨਟਾਈਮਲੀ ਖਹਿਰੇ ਨੂੰ ਕੋਈ ਮਤਲਬ ਨਹੀਂ ਸੀ, ਇਹਨੂੰ ਹਟਾਉਣ ਦੇ ਪਿੱਛੇ ਕੀ ਤਰਕ ਹੈ? ਉਹ ਇਹ ਸੀਗਾ ਜੀ, ਕਿਉਂਕਿ ਪਿਛਲੇ ਜਦੋਂ ਤੋਂ ਇਹਨਾਂ ਨੂੰ ਬਣਾਇਆ ਸੀਗਾ, ਇਹ ਪਾਰਟੀ ਨੂੰ ਅੰਦਰ ਖਾਤੇ ਕਿਤੇ ਨਾ ਕਿਤੇ ਨੁਕਸਾਨ ਪਹੁੰਚਾ ਰਹੇ ਸੀਗੇ, ਔਰ ਉਹਦੇ ਕਰਕੇ ਸਾਨੂੰ ਲੱਗ ਰਿਹਾ ਸੀਗਾ ਕਿ ਜੇ ਇਹ ਲਗਾਤਾਰ ਹੋਰ ਹੁੰਦਾ ਗਿਆ ਤਾਂ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ। ਸੋ ਇਸ ਕਰਕੇ ਅਸੀਂ ਉਹ ਮਜਬੂਰੀ ਦੇ ਵਿੱਚੋਂ ਹਟਾਉਣਾ ਪਿਆ ਜੀ। ਨਹੀਂ ਨਹੀਂ ਸਰ, ਤੁਸੀਂ ਦਿਖਾਓ ਨਾ ਕੀ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਉਹਨਾਂ ਨੇ, ਪੰਜਾਬੀਆਂ ਦੀ ਪਿੱਠ ਚ ਛੁਰਾ ਮਾਰਿਆ ਜੀ। ਤੁਸੀਂ ਪੰਜਾਬ ਦੇ ਵਿੱਚ ਗਏ ਹੋ ਜੀ ਕਿ ਸਾਰੇ ਪੰਜਾਬ ਚ ਨਸ਼ੇ ਦੀ ਜੜ ਕੌਣ ਹੈ? ਮਜੀਠੀਆ। ਇਹ ਤੁਹਾਡੇ ਆਮ ਆਦਮੀ ਪਾਰਟੀ ਦਾ ਕਿਹਾ ਹੋਇਆ। ਤੁਹਾਡੇ ਇੱਕ ਗੱਲ ਪੁੱਛਦਾ ਜੀ, ਆਮ ਆਦਮੀ ਪਾਰਟੀ ਜਵਾਬ ਦੇ, ਇਹ ਬੜੀ ਜ਼ਿੰਮੇਵਾਰੀ ਨਾਲ ਜਵਾਬ ਦੇ। ਅਗਰ ਅਕਾਲੀ ਦਲ ਰਿਪੀਟ ਹੁੰਦਾ ਪੰਜਾਬ 'ਚ ਤਾਂ ਜਿਹੜੀਆਂ ਹਜ਼ਾਰਾਂ ਫਲੈਕਸਾਂ ਵਰਕਰਾਂ ਵੱਲੋਂ ਲਾਈਆਂ ਗਈਆਂ ਸੀ, ਹਜ਼ਾਰਾਂ ਪੋਸਟਰ ਲਾਏ ਗਏ ਸੀ, ਹਜ਼ਾਰਾਂ ਤਰ੍ਹਾਂ ਦੇ ਪੰਫਲੇਟ ਵੰਡੇ ਗਏ ਸੀ, ਅਗਰ ਸਰਕਾਰ ਬਣਦੀ ਤਾਂ ਜਿਹਨਾਂ ਬੰਦਿਆਂ ਨੇ ਕਿਹਾ ਸੀ ਮੈਂ ਇੱਕ ਵਾਰੀ ਨਹੀਂ ਹਜ਼ਾਰ ਵਾਰ ਕਹਾਂਗਾ ਕਿ ਫਲਾਣਾ ਚਿੱਟੇ ਦਾ ਤਸਕਰ ਆ, ਤਾਂ ਉਹਨਾਂ ਵਰਕਰਾਂ ਦਾ ਕੀ ਬਣਦਾ? ਇੱਕ ਗੱਲ ਦਾ ਜਵਾਬ ਇਹ ਤਾਂ, ਕਿਉਂਕਿ ਚਹਿਲ ਸਾਹਿਬ ਦੀ ਟਿੱਪਣੀ ਦੇ ਟਾਈਮ ਬਿਲਕੁਲ ਸਰ, ਮੈਂ ਇੱਕ ਜਵਾਬ ਹੋਰ ਚਾਹੁੰਦਾ ਜਿਹੜਾ ਉਹਨਾਂ ਨੇ ਤਾਂ ਚਹਿਲ ਸਾਹਿਬ ਨੇ ਵੀ ਕਿਹਾ ਕਿ ਧਰਮ ਦਾ ਸਹਾਰਾ ਖਹਿਰਾ ਸਾਹਿਬ ਨੂੰ ਲੈਣਾ ਪਿਆ। ਧਰਮ ਦਾ ਸਹਾਰਾ ਲਿਆ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦ ਵੀ ਹੁੰਦੀ ਆ, ਤਾਂ ਸੰਧੀ ਬੰਧੂ ਵੀ ਝੰਡਾ ਲੈ ਕੇ ਗਿਆ ਜੀ ਉੱਥੇ। ਜਿਸ ਤਰ੍ਹਾਂ ਖਹਿਰਾ ਸਾਹਿਬ ਨੂੰ ਹਟਾਉਣਾ, ਬਿਲਕੁਲ ਮੈਂ ਭੀਮਿੰਦਰ ਜੀ ਨੇ ਕਿਹਾ ਹੋ ਸਕਦਾ ਇਹਨਾਂ ਦੀ ਪਾਰਟੀ ਨੂੰ ਨੁਕਸਾਨ ਸੀ। ਜਿਹੜੇ ਇਹ ਜਲਦਬਾਜ਼ੀ ਚ ਇਸ ਪਾਰਟੀ ਨੇ ਹਮੇਸ਼ਾ ਤੋਂ, ਚਾਹੇ ਉਹ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਦੇ ਫੈਸਲੇ ਸੀ, ਹੁਣ ਵੀ ਮੰਥਨ ਨਹੀਂ ਕੀਤਾ ਜਾਂਦਾ ਬੜੀ ਤੇਜ਼ੀ ਨਾਲ। ਹੁਣ ਜਿਵੇਂ ਖਹਿਰਾ ਸਾਹਿਬ ਨੂੰ ਹਟਾਇਆ ਗਿਆ, ਪਰ ਉਹਦਾ ਸਪਸ਼ਟੀਕਰਨ ਦੇਣ ਦਾ ਜਾਂ ਕਿ ਗਰਾਊਂਡ ਜਿਵੇਂ ਪੋਲੀਟੀਕਲ ਲੋਕ ਤਿਆਰ ਕਰਦੇ ਆ, ਉਹਨੇ ਨੂੰ ਲੱਗਦਾ ਹੁੰਦਾ ਇਹ ਅਨਾੜੀ ਮੁਰਲੀ ਅੰਦਰੂਨੀ ਇੱਕ ਸਾਲ ਤੋਂ ਚੱਲ ਰਿਹਾ ਸੀ ਜੀ। ਬਿਲਕੁਲ ਪਰ ਉਹ ਲੋਕਾਂ 'ਚ ਲੈ ਕੇ ਨਹੀਂ ਗਏ, ਜੋ ਕਹਿੰਦਾ ਉਹੀ ਹੁੰਦਾ। ਅੱਜ ਤੱਕ ਪ੍ਰਧਾਨ ਨਹੀਂ ਆਇਆ, ਲੋਕਾਂ ਨੂੰ ਲੈ ਕੇ ਗਏ, ਪਰ ਮਾਰਚ ਦਾ ਅਸਤੀਫਾ ਦਿੱਤਾ ਭਗਵੰਤ ਮਾਨ ਨੇ, ਨਵਾਂ ਪ੍ਰਧਾਨ ਕਿਉਂ ਨਹੀਂ ਅੱਜ ਤੱਕ ਅਪੁਆਇੰਟ ਹੋਇਆ, ਉਹਦਾ ਅਸਤੀਫਾ ਉੱਥੇ ਪੈਂਡਿੰਗ ਪਿਆ। ਬੜੇ ਕਮਾਲ ਦੀ ਗੱਲ ਹੈ ਜੀ, ਜਿਹੜੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਹੈ ਮੈਂ ਪੰਜਾਬ 'ਚ ਵਿਰੋਧੀ ਧਿਰਾਂ ਦਾ, ਉਹਦਾ ਤਾਂ ਪ੍ਰਧਾਨ ਹੀ ਨਹੀਂ ਹੈਗਾ ਪਾਰਟੀ ਦੇ ਅੰਦਰੂਨੀ ਮਸਲੇ। ਉਹ ਤਾਂ ਇਸ ਜਿਹੜੀ ਫੁੱਟ ਹੈ ਕਾਂਗਰਸ ਨੂੰ ਰਾਜ ਕਰਨਾ ਸੌਖਾ ਕਰਤਾ, ਇਹ ਆਪਸ ਦੀ ਲੜਾਈ ਚੁਲ ਜਗੇ ਤੇ ਕਾਂਗਰਸ ਨੂੰ ਜਿਹੜਾ ਕਿਤੇ ਵਿਧਾਨ ਸਭਾ ਜਾਂ ਹੋਰ ਜੋ ਮੌਕਾ ਮਿਲਣਾ ਸੀ ਵਿਰੋਧ ਦਾ, ਉਹ ਵਿਰੋਧੀ ਧੁਰ ਜੇ ਕਹਿੰਦੇ ਨੇ ਵੀ ਅਸੀਂ ਰੋਲ ਨਿਭਾ ਰਹੇ ਹਾਂ ਪਰ ਮੈਨੂੰ ਨਜ਼ਰ ਨਹੀਂ ਆ ਰਿਹਾ ਆਪ ਚ ਜਿਹੜੇ ਭਿੜੇ ਹੋਏ ਨੇ। ਖਹਿਰਾ ਸਾਹਿਬ ਹਰ ਤਰ੍ਹਾਂ ਦੇ ਮੁੱਦੇ ਉਠਾਏ ਨੇ, ਹਰ ਤਰ੍ਹਾਂ ਦੇ ਦੱਸਣਗੇ ਕਿ ਇਹਨੂੰ ਦਫਾੜ ਜਿਹੜੀ ਕਰੀ ਹੈ ਇਹਦੇ ਚ ਕਿਹਦਾ ਰੋਲ ਹੈ, ਕੀ ਨੇ ਵਿਰੋਧੀ ਧੁਰ ਦੀ ਭੂਮਿਕਾ ਜਿਹੜੇ ਨੀਚੇ ਕਿਹੜੇ ਮੁੱਦੇ ਤੇ ਆਏ ਨੇ ਜੀ, ਉਹ ਕਿਹੜੇ ਮੁੱਦੇ ਤੇ ਉਹਨਾਂ ਨੇ ਡਿਬੇਟ ਕੀਤੀ ਹੈ, ਕੀ ਕੀਤਾ ਜੀ ਦੱਸਣ ਦਾ ਸੀ, ਕੁਝ ਕਰਾਇਆ ਜੀ ਉਹਨਾਂ ਨੇ? ਜੀ ਬੰਦੂ ਸਾਹਿਬ, ਮੇਰਾ ਖਿਆਲ ਹੈ ਕਿ ਇਹ ਤਾਂ ਐਂਡਲੈਸ ਹੁੰਦਾ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਕਰਨੀ, ਲੇਕਿਨ ਕਾਫੀ ਗੱਲਾਂ ਜਿਹੜੀਆਂ ਅੱਜ ਦੀ ਸਾਡੀ ਇਸ ਡਿਬੇਟ 'ਚੋਂ ਲੋਕਾਂ ਦੇ ਕੋਲ ਜ਼ਰੂਰ ਗਈਆਂ ਨੇ, ਤਾਂ ਕਿ ਇਹ ਸਾਡੀ ਇਸ ਕਿਸਮ ਦੀ ਚਰਚਾ ਦਾ ਫਾਇਦਾ ਹੀ ਇਹ ਹੁੰਦਾ ਕਿ ਸਾਡੇ ਇਸ ਮਾਧਿਅਮ ਰਾਹੀਂ ਇੱਕ ਤਾਂ ਤੁਸੀਂ ਪਿਆਰੇ ਦਰਸ਼ਕੋ ਸਾਡੇ ਨਾਲ ਜੁੜਦੇ ਹੋ, ਇੱਕ ਤੁਹਾਨੂੰ ਜਿਹੜਾ ਹੈ ਇਹਨਾਂ ਦਾ ਪੁਆਇੰਟ ਆਫ ਵਿਊ ਪਤਾ ਲੱਗਦਾ, ਅਤੇ ਅਸੀਂ ਗਾਹੇ ਵਗਾਹੇ ਜ਼ਿਆਦਾਤਰ ਅਸੀਂ ਇੰਟਲੈਕਚੁਅਲਸ ਨੂੰ ਲੈ ਕੇ ਆਉਂਦੇ ਹਾਂ, ਲੇਕਿਨ ਕਦੇ ਕਦੇ ਅਸੀਂ ਇਸ ਕਿਸਮ ਦੀ ਡਿਬੇਟ ਇਸ ਕਰਕੇ ਕਰਦੇ ਹਾਂ ਤਾਂ ਕਿ ਤੁਸੀਂ ਆਪਣੇ ਮਨ ਦੇ ਵਿੱਚ ਇਹ ਪੂਰਾ ਖਿਆਲ ਜਿਹੜਾ ਹੈ ਕਲੀਅਰ ਕਰ ਸਕੋ ਕਿ ਕਿਹੜੀ ਪਾਰਟੀ ਕਿਸ ਤਰੀਕੇ ਨਾਲ ਜਿਹੜੀ ਹੈ ਚੱਲ ਰਹੀ ਹੈ। ਬਿਲਕੁਲ ਸਹੀ ਗੱਲ ਹੈ ਕਿ ਜਦੋਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਅਪਧਾੜ ਪਈ ਹੋਈ ਹੈ, ਅੰਦਰੂਨੀ ਜੰਗ ਜਿਹੜੀ ਹੈ ਉਹ ਚੱਲ ਰਹੀ ਹੈ, ਕਾਂਗਰਸ ਨੂੰ ਬਿਨਾਂ ਜਿਹੜੇ ਹੈ ਕਿਸੇ ਵਿਰੋਧੀ ਧਿਰ ਤੋਂ ਬਿਲਕੁਲ ਮੈਦਾਨ ਸਾਫ਼ ਹੈ, ਜਿਵੇਂ ਕਹਿ ਸਕਦੇ ਹਾਂ ਕਿ ਹੁਣ ਕਾਂਗਰਸ ਦੇ ਕੋਲ ਕੋਈ ਖਤਰਾ ਨਹੀਂ, ਅਤੇ ਇਹ ਜੇ ਇਸ ਤਰ੍ਹਾਂ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਦੋਂ ਇਲੈਕਸ਼ਨ ਆਏਗੀ ਤਾਂ ਕਾਂਗਰਸ ਨੂੰ ਇਹਦਾ ਫਾਇਦਾ ਹੋਏਗਾ, ਨਿਸ਼ਚਿਤ ਤੌਰ 'ਤੇ ਫਾਇਦਾ ਹੋਏਗਾ। ਇਹ ਗੱਲ ਤੁਹਾਡੇ ਦੋਨਾਂ ਦੇ ਜਿਹੜੇ ਪਾਰਟੀਆਂ ਦੇ ਲੀਡਰਾਂ ਨੂੰ ਸਮਝ ਲੈਣੀ ਚਾਹੀਦੀ ਹੈ, ਅਤੇ ਕਈ ਗੱਲਾਂ ਤਾਂ ਇਸ ਤਰ੍ਹਾਂ ਵੀ ਲੱਗਦੀਆਂ ਨੇ ਕਿ ਕੇਜਰੀਵਾਲ ਸਾਹਿਬ ਪੰਜਾਬ ਬਾਰੇ ਕਿੰਨੇ ਕੁ ਚਿੰਤਿਤ ਨੇ, ਉਹ ਜਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਇਹ ਗੱਲ ਬਿਲਕੁਲ ਸਹੀ ਹੈ ਚਹਿਲ ਸਾਹਿਬ ਦੀ, ਕਲੀਅਰ ਕੱਟ ਇੱਕ ਨੀਤੀ ਦੇਣੀ ਚਾਹੀਦੀ ਹੈ ਕਿ ਪਾਣੀ ਦੇ ਮਸਲੇ 'ਤੇ ਅਸੀਂ ਕਿੱਥੇ ਖੜ੍ਹੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮਸਲੇ 'ਤੇ ਕਿੱਥੇ ਖੜ੍ਹੇ ਹਾਂ, ਭਾਰਤ ਰਤਨ ਦੇ ਜਿਵੇਂ ਕੁਛ ਉੱਥੇ ਦਿੱਲੀ 'ਚ ਹੋਇਆ ਉਹ ਸਿੱਖ ਉਹਨੂੰ ਕੋਈ ਜ਼ਿਆਦਾ ਵਧੀਆ ਨਜ਼ਰ ਨਾਲ ਨਹੀਂ ਦੇਖਦੇ। ਸੰਦੀਪ ਬੰਧੂ ਜੀ, ਡਾਕਟਰ ਭੀਮਿੰਦਰ ਜੀ ਔਰ ਚਹਿਲ ਸਾਹਿਬ, ਤੁਸੀਂ ਸਾਡੇ ਪ੍ਰੋਗਰਾਮ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੇ ਦਰਸ਼ਕੋ, ਤੁਸੀਂ ਸਾਡੇ ਨਾਲ ਫੋਨ ਕਾਲ ਨਾਲ ਜੁੜੇ ਔਰ ਹੋਰ ਸਾਰੇ ਦਰਸ਼ਕ ਸਾਡੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ।